इस समय मैं खड़ा खरड़ बसी पठाना रोड ते पिंड मलकपुर। ये रोड जिस रोड ते मैं खड़ा होया, ये रोड प्रधानमंत्री सड़क योजना के तहत बनी है। रोड की मैं तस्वीर दिखा दिना, ये रोड दे विच एक बहुत वड्डा पाड़ पिया। आखिरकार एडा वड्डा पाड़ क्यों पिया, तुसी भी सोच रहे होगे कि इन्नी वड्डी सड़क दे उत्ते इन्ना वड्डा पाड़ किवें पै गया। तो ये जो पानी तुसी देख रहे हो, ये पानी है किस चीज़ का? ये तमाम चीज़ा समझने लई साडे नाल इत्थे पिंड दे लोक ने, इन्हां नाल गल करदे आ। की नाम है तुहाडा? मनदीप सिंह है जी। मनदीप सिंह जी, मैं देख रहा जिवें आपां गल कर रहे सी कि ये रोड प्रधानमंत्री सड़क योजना के तहत बनया, एडा वड्डा पाड़ किवें पै गया, तो पानी कित्थों आ गया? ਇਹ ਪਾਣੀ ਗੰਦਾ ਪਾਣੀ ਹੈ ਜੀ, ਖਰੜ ਦਾ ਹੀ ਇਹ ਸਾਰਾ ਖਰੜਾ ਸੀਵਰੇਜ ਦਾ। ਹਾਂਜੀ, ਸੀਵਰੇਜ ਦਾ ਪਾਣੀ ਜੀ, ਗੰਦਾ ਪਾਣੀ। ਇਹ ਪ੍ਰਸ਼ਾਸਨ ਦੀ ਗਲਤੀ ਕਾਰਨ ਹੋਇਆ ਜੀ ਕੰਮ। ਜੇ ਕਿਤੇ ਉਹ ਪਹਿਲਾਂ ਵੜ ਦਿੰਦੇ ਪਾਣੀ, ਫਿਰ ਪਾਈਪਾਂ ਦੇ ਵਿੱਚ ਦੀ ਹੌਲੀ ਹੌਲੀ ਲੰਘੀ ਜਾਂਦਾ। ਉਹਨਾਂ ਨੇ ਇੱਕ ਲਗਤਾ ਕਿ ਇੱਥੇ ਪਿੰਡ ਵਾਲਿਆਂ ਨੇ ਪਾਈਪ ਬੰਦ ਕਰਤੇ ਸੀਗੇ ਵੀ ਨਹਿਰ 'ਚ SYL 'ਚ ਗੰਦਾ ਪਾਣੀ ਨਾ ਗਿਰੂ। ਇਹ ਜੋ ਸਾਹਮਣੇ ਨਹਿਰ ਅਸੀਂ ਦੇਖ ਰਹੇ, ਇਹ SYL ਨਹਿਰ? ਹਾਂਜੀ, SYL ਹੈ ਜੀ ਇਹ। ਅਤੇ ਇਹ ਪਾਣੀ ਆਪਣਾ ਗੰਦੇ ਨਾਲੇ ਦਾ ਪਾਣੀ? ਇਹ ਗੰਦੇ ਨਾਲੇ ਦਾ ਪਾਣੀ ਹੈ ਜੀ, ਖਰੜ ਸੀਵਰੇਜ ਦਾ ਪਾਣੀ ਹੈ ਜੀ। ਨਦੀ ਦਾ ਇਹ ਨਹਿਰ 'ਚ ਗੇਰਤੇ ਜੀ ਪ੍ਰਸ਼ਾਸਨ ਨੇ, SDM ਨੇ। ਉਹਨਾਂ ਨੇ ਪਾਈਪ ਦੱਬੇ ਸੀਗੇ, ਇੱਥੇ ਪਾਣੀ ਨਿਕਲ ਜੂਗਾ, ਗਾਹਾਂ ਅੱਗੇ ਚਲਾ ਜਾਊਗਾ। ਅਤੇ ਪਿੰਡ ਵਾਲਿਆਂ ਨੇ ਪਾਈਪ ਬੰਦ ਕਰਤੇ ਵੀ ਸਾਡੇ ਪਾਣੀ ਸੇਮ ਕਰਕੇ ਪਾਣੀ ਖਰਾਬ ਹੋ ਜੂਗਾ ਨਲਕਿਆਂ ਦਾ ਅਤੇ ਮੋਟਰਾਂ ਦਾ। ਅਤੇ ਉਹ ਕੱਲ੍ਹ SDM ਸਾਹਿਬ ਆਏ ਸੀ, ਹੋਰ ਅਧਿਕਾਰੀ ਸੀਗੇ ਨਾਲ, ਉਹਨਾਂ ਨੇ ਪਾਣੀ ਜ਼ਬਰਦਸਤੀ ਵੱਢਤੇ ਅਤੇ ਪਾਣੀ ਵੱਢ ਕੇ ਚਲੇ ਗਏ। ਪਾਣੀ ਦਾ ਪ੍ਰੈਸ਼ਰ ਜ਼ਿਆਦਾ ਹੋਣ ਕਾਰਨ ਉਹ ਪਾਈਪ ਪੂਪ ਜੇ ਵੱਢ ਚੱਕ ਲੈ ਗਿਆ ਪਾਣੀ ਨਾਲੇ, ਅਤੇ ਸੜਕ 'ਚ ਪਾੜ ਪੈ ਗਿਆ। ਅਤੇ ਹੁਣ ਆਵਾਜਾਈ ਸਾਰੀ ਪ੍ਰਭਾਵਿਤ ਹੈ, ਕੁਛ ਬਣਦਾ ਨਹੀਂ, ਪ੍ਰਾਈਵੇਟ ਕੋਈ ਸਾਧਨ ਨਹੀਂ ਹੈ, ਪਿੰਡਾਂ 'ਚ ਨੂੰ ਲੰਘਣ ਦਾ ਕੁਛ ਨਹੀਂ ਹੈ ਜੀ। ਇਹ ਪੁਲਟਣ ਦੀ ਅਸਲੀ ਮੂਰਖਤਾ ਕਹਿ ਸਕਦੇ ਹਾਂ ਪ੍ਰਸ਼ਾਸਨ ਦੀ ਹੈ, ਕਿਉਂਕਿ ਉਹਨਾਂ ਨੇ ਪਾਣੀ ਕੱਢਣ ਲਈ ਪਾਈਪਾਂ ਖੋਲੀਆਂ ਹੋਣੀਆਂ ਅਤੇ ਪਾਈਪਾਂ ਖੋਲਣ ਨੇ ਪਹਿਲਾਂ ਕੋਈ ਫਲੋ ਜ਼ਿਆਦਾ ਤਾਂ ਪ੍ਰਬੰਧ ਨਹੀਂ ਕੀਤਾ ਜੀ ਸਹੀ। ਹਾਂਜੀ, ਉਹਨਾਂ ਇੱਕ ਲੱਖ ਤਾਂ ਕਿ ਪਾਈਪਾਂ 'ਚੋਂ ਮਿੱਟੀ ਕੱਢਤੀ ਅਤੇ ਪਾਣੀ ਦਾ ਤੇਜ਼ ਵਹਾਅ ਹੋਣ ਕਰਕੇ ਪਾਈਪ ਨਾਲੇ ਚੱਕ ਲੈ ਗਏ, ਫਸਾ ਲੈ ਗਏ ਜੀ ਪਾਣੀ ਦੇ ਨਾਲੇ। ਪਾਣੀ ਬਹੁਤ ਜ਼ਿਆਦਾ ਹੋ ਗਿਆ, 15 ਫੁੱਟ ਤੋਂ ਉੱਚਾ ਪਾਣੀ ਸੀਗਾ ਜੀ ਇਹਨੂੰ ਕਹਿੰਦੇ, ਜਦੋਂ ਖੁੱਲਿਆ ਗਿਆ ਵੀ ਖੁੱਲਿਆ ਅਤੇ ਉਦੋਂ ਸੜਕ ਵੀ ਨਾਲ ਹੀ ਲੈ ਗਿਆ ਸਣੇ ਪਾਏ। ਹਾਂਜੀ ਸਣੇ, ਉਹ ਤਾਂ ਬਹੁਤ ਜੇ ਉੱਥੇ ਦੇਖਣ ਯੋਗ ਸੀਗਾ ਜੀ ਵੀ ਉਹਨੂੰ ਕਹਿੰਦੇ ਐਡੇ ਐਡੇ ਪਾਈਪ ਘੱਟੋ ਘੱਟ ਵੀ ਉਹਨੂੰ 10-12 ਫੁੱਟ ਚੌੜੇ ਪਾਈਪ, ਉਹ ਮਿੰਟਾਂ ਸਕਿੰਟਾਂ 'ਚ ਪਤਾ ਹੀ ਲੱਗਿਆ ਕਿੱਥੇ ਗਏ ਕਿੱਥੇ ਨਹੀਂ। ਹੁਣ ਅਸੀਂ ਇੱਥੋਂ ਸਗੋਂ ਦੀ ਅਸੀਂ ਚੰਡੀਗੜ੍ਹ ਤੋਂ ਆਏ ਹਾਂ, ਅਸੀਂ ਅੱਗੇ ਜਾਣਾ ਸੀਗਾ ਅਤੇ ਸਾਨੂੰ ਵੀ ਪ੍ਰੋਬਲਮ ਆਈ ਹੈ ਵੀ ਹੁਣ ਅਸੀਂ ਅੱਗੇ ਜਦ ਪਤਾ ਲੱਗਿਆ ਵੀ ਅੱਗੇ ਰੋਡ ਬੰਦ ਆ ਕੀ ਹੋਇਆ, ਜਦੋਂ ਦੇਖਿਆ ਕਿ ਤਾਂ ਇਹਦੇ ਵਿੱਚ ਲੋਕਾਂ ਨੇ ਥੋੜ੍ਹੇ ਬਹੁਤੇ ਮੱਛੀ ਵੀ ਰੱਖੀ ਹੋਈ ਸੀ, ਜਦੋਂ ਪਾਣੀ ਬਰਸਾਤੀ ਪਾਣੀ ਖੜ੍ਹਾ ਸੀ ਉਹ ਵੀ ਸਾਰੀਆਂ ਮਰ ਗਈਆਂ ਹੋਈਆਂ ਜਿਹਦੇ ਵਿੱਚ। ਬਹੁਤ ਮਤਲਬ ਵੀ ਇਹ ਤਾਂ ਬਹੁਤ ਜ਼ਿਆਦਾ ਗੰਦਾ ਪਾਣੀ ਹੈ, ਸਾਰਾ ਖਰੜ ਦਾ ਸੀਵਰੇਜ ਦਾ ਪਾਣੀ ਇਹਦੇ 'ਚ ਗੇਰਤਾ SYL 'ਚ। ਇਹਦੇ ਵਿੱਚ ਪਿੰਡ ਵਾਲਿਆਂ ਨੂੰ ਜ਼ਿਆਦਾ ਨੁਕਸਾਨ ਹੈ, ਬਿਮਾਰੀ ਲੱਗ ਸਕਦੀ, ਦੇਖੋ ਕਿੰਨਾ ਗੰਦਾ ਝੱਗ ਪਾਣੀ ਦੇ ਉੱਤੇ, ਕਿੰਨੀ ਗੰਦੀ ਹੈ ਇਹਦੇ ਸਰ ਦੇਖੋ। ਇਹ ਜਿਹੜਾ ਪਹਿਲਾਂ ਪਾਣੀ ਸੀਗਾ ਇਹ ਗੰਦੇ ਨਾਲੇ ਦਾ ਪਾਣੀ ਸੀ, ਪਹਿਲਾਂ ਕਿੱਧਰ ਨੂੰ ਜਾਂਦਾ ਸੀ, ਕਿਹੜੀ ਜਗ੍ਹਾ 'ਤੇ ਜਾਂਦਾ ਸੀ ਜਾਂ ਫਿਰ ਖੜ੍ਹਾ ਹੀ ਰਹਿੰਦਾ ਸੀ ਇਸੇ ਜਗ੍ਹਾ 'ਤੇ? ਖੜ੍ਹਾ ਹੀ ਸੀਗਾ ਪਿੱਛੇ ਜੀ, ਪਿੱਛੇ ਨਦੀ ਹੈ ਜੀ ਇਹ, ਪੁਰਾਣੀ ਗੜਾਂਗਾਂ ਦੀ, ਗੜਾਂਗਾਂ 'ਤੇ ਹੋ ਕੇ ਗਾਹਾਂ ਆਨੰਦਪੁਰ ਕਲੌੜ ਹੋ ਕੇ ਫਤਿਹਗੜ੍ਹ ਸਾਹਿਬ ਉੱਧਰ ਬਸੀ ਵੱਲ ਨਿਕਲ ਜਾਂਦੀ ਹੈ ਜੀ ਨਦੀ ਇਹ। ਹਾਂਜੀ, ਉਦੋਂ ਉਹ ਅੱਗੇ ਬੰਦ ਹੋ ਗਈ ਨਦੀ? ਨਾ, ਅੱਗੇ ਬੰਦ ਆ ਜੀ, ਅੱਗੇ ਨੇ ਲੋਕਾਂ ਨੇ ਇੰਜਣ ਰੱਖੇ ਹੋਏ ਨੇ ਜੀ, ਇਹ ਫਸਲਾਂ ਨੂੰ ਖੇਤਾਂ ਨੂੰ ਪਾਣੀ ਲਾਉਂਦੇ ਨੇ ਜੀ, ਅਤੇ ਹੁਣ ਪਾਣੀ ਜ਼ਿਆਦਾ ਹੋਣ ਕਰਕੇ ਖਰੜ ਵੱਧ ਗਈ ਆਲੇ ਦੁਆਲੇ ਬਹੁਤ, ਉਹਦੇ ਕਰਕੇ ਪਾਣੀ ਦਾ ਪ੍ਰਬੰਧ ਉਹਨਾਂ ਨੇ ਕੀਤਾ ਨਹੀਂ, ਉਹਨਾਂ ਨੇ ਇੱਧਰ ਨਦੀ 'ਚ ਨੂੰ ਵੜਤਿਆ। ਪਿੱਛੇ ਅੱਗੇ ਗਾਹਾਂ ਜਾ ਕੇ ਪਿੰਡਾਂ ਦੀ ਜ਼ਮੀਨ ਹੈ ਜਿਹੜੀ, ਫਸਲਾਂ ਉੱਥੇ ਜੀਰੀ ਲਾਈ ਹੋਈ ਹੈ, ਉਹ ਬਰਬਾਦ ਹੋ ਗਈ ਉਹਨਾਂ ਦੀ ਫਸਲ ਬਹੁਤ। ਕਿੰਨੇ ਕੁ ਪਿੰਡ ਪ੍ਰਭਾਵਿਤ ਹੋ ਗਏ? ਹਾਂਜੀ, 100-150 ਕਿੱਲਾ ਪ੍ਰਭਾਵਿਤ ਹੋ ਗਿਆ ਜੀ। ਹਾਂਜੀ, ਆਨੰਦਪੁਰ ਕਲੌੜ ਪਿੰਡ ਕਿੰਨੇ ਕੁ ਪ੍ਰਭਾਵਿਤ ਹੋਏ ਇਹਦੇ ਨਾਲ? ਕਿੰਨੇ ਕੁ ਪਿੰਡ ਦੀ ਆਵਾਜਾਈ ਪਿੰਡ ਹੋਣਗੇ ਜੀ ਗਾਹਾਂ ਬਸੀ ਫਤਿਹਗੜ੍ਹ ਸਾਹਿਬ ਤੱਕ? ਇਹ ਰੋਡ ਨੂੰ ਲੱਗਦੇ ਨੇ ਜਿਹੜੇ। ਹਾਂਜੀ, ਇਹ ਰੋਡ ਅੱਗੇ ਫਤਿਹਗੜ੍ਹ ਸਾਹਿਬ ਸਰਹੰਦ ਫਤਿਹਗੜ੍ਹ ਸਾਹਿਬ ਜਾਂਦਾ ਸੀਗਾ, ਹੁਣ ਜਿੰਨ ਇਹਦਾ ਕੋਈ ਅਲਟਰਨੇਟ ਰੋਡ ਹੈਗਾ ਜਾਂ ਫਿਰ ਪਿੰਡਾਂ ਵਿੱਚ ਹੀ ਜਾਣਾ ਪੈਂਦਾ? ਅਗਰ ਜਿਹਦੀ ਹੋ ਕੇ ਬਹੁਤ ਲੋਕ ਖੱਜਲ ਖੁਆਰ ਹੋ ਕੇ ਉੱਧਰ ਉੱਧਰ ਜਾਂਦੇ ਨੇ ਜੀ। ਹਾਂਜੀ ਹਾਂਜੀ ਹਾਂਜੀ, ਆਲੇ ਦੁਆਲੇ ਪਿੰਡਾਂ 'ਚ ਹੋ ਕੇ ਲੰਘਦੇ ਨੇ, ਪਿੰਡਾਂ 'ਚ ਸੜਕਾਂ ਛੋਟੀਆਂ ਨੇ, ਕਿਤੇ ਗੱਡੀ ਫਸ ਗਈ, ਕਿਤੇ ਟਰਾਲੀ ਖੜ੍ਹੀ ਆ, ਕਿਤੇ ਕੁਛ ਅਤੇ ਕਿਤੇ ਕੁਛ। ਬਾਕੀ ਤਕਰੀਬਨ ਅੱਧਾ ਤਾਂ ਲੋਕ ਘਰ ਬੈਠੇ ਨੇ, ਆਪਣੇ ਆਪਣੇ ਦਿਹਾੜੀ ਜੋਤਾਂ ਨਹੀਂ ਕਰਨ ਜਾ ਸਕਦੇ ਅਤੇ ਘਰ ਬੈਠੇ ਨੇ। ਰੋਡ ਦਾ ਤਾਂ ਜਲਦੀ ਤੋਂ ਜਲਦੀ ਕੰਮ ਹੋਣਾ ਚਾਹੀਦਾ। ਹੋਰ ਅਸੀਂ ਲੋਕਾਂ ਨਾਲ ਵੀ ਗੱਲ ਕਰਦੇ ਹਾਂ, ਬਾਪੀ ਕੀ ਲੱਗਦਾ ਮੂਰਖਤਾ ਕਿਹਦੀ ਹੈਗੀ ਆ, ਜੇ ਐਡਾ ਵੱਡਾ ਪਾੜ ਪੈ ਗਿਆ? ਤੁਸੀਂ ਮੂਰਖ ਜੀ, ਸਰਕਾਰ ਦੀ ਹੈ, ਅਸੀਂ ਮੂੰਹ ਪਰ ਕਹੂੰਗਾ ਸੱਤ ਜਿੱਥੇ ਮਰਜ਼ੀ ਕਹਾ ਲੈ ਜਾ ਕਰ। ਕਾਰਨ ਕੀ ਹੋਇਆ? ਕਾਰਨ ਕੋਈ ਨਹੀਂ ਹੋਇਆ ਹੈਗਾ, ਇੱਧਰ ਦੇ ਕੋਈ ਕਿਸੇ ਨੇ ਪ੍ਰੈਸ਼ਰ ਪਾ ਲਿਆ ਈ ਨਦੀ ਦਾ ਪਾਣੀ ਜਿਹੜਾ ਸਾਡਾ ਨਹਿਰ 'ਚ ਵੜਤਿਆ ਇਹਨਾਂ ਨੇ, ਕਹਿੰਦੇ ਸਾਨੂੰ ਜਗ੍ਹਾ ਨਹੀਂ ਕਿਤੇ ਪਾਣੀ ਵੱਢਣ ਨੂੰ। ਉਹਨਾਂ ਨੇ ਪਾਣੀ ਕਿਹਾ ਵੀ ਆਹ ਜ਼ਮੀਨ ਵਿਹਲੀ ਪਈ ਹੈ ਨਹਿਰ ਦੀ, ਗੌਰਮੈਂਟ ਨੇ ਖਰੀਦ ਪੈ ਵੀ ਛੱਡਤਿਆ ਉਹਨਾਂ ਨੇ SYL ਪਾਣੀ 'ਚ ਗੰਦਾ ਪਾਣੀ, ਪਾਣੀ ਛੱਡਤਾ ਜੀ ਉਹਨਾਂ ਨੇ। ਹਾਂ, ਠੀਕ ਹੈ। ਉਹਦੇ ਬਾਅਦ ਪਾਣੀ ਫਿਰ ਜਦ ਰੁਕਦਾ ਰੁਕਦਾ ਆਹ ਲੈਵਲ ਥੋੜ੍ਹੇ ਸਾਹਮਣੇ ਬਣਦਾ ਬਣਦਾ ਵਾਸੀਆਂ ਜਾਊਗਾ, ਹਾਂ
ਫਿਰ ਬਾਸੀਆਂ ਵੀ ਟੁੱਟੂ ਗਈ ਆ। ਇਸ ਤੋਂ ਬਾਅਦ ਕਿਹੜੇ ਕਿਹੜੇ ਪਿੰਡ ਪ੍ਰਭਾਵਿਤ ਹੋਣ ਵਾਲੇ? ਇਹਦੇ ਤਾਂ ਲੱਗਦਾ ਇਹ ਸੜਕ ਨਾਲ ਤਾਂ ਜੀ ਬਸੀ ਪਠਾਣਾ ਫਤਿਹਗੜ੍ਹ ਸਾਹਿਬ ਤੱਕ ਇਹ ਰੋਡ ਸਾਰਾ ਬੰਦ ਹੋ ਗਿਆ। ਹਾਂਜੀ ਇਹ ਹੁਣ ਅੱਗੇ ਜਾ ਕੇ ਕਿਹੜਾ ਪੁਲ ਟੁੱਟ ਸਕਦਾ? ਬਾਸੀਆਂ ਧੜਾਕ ਨੂੰ ਆਵਾਜਾਈ ਵੀ ਬੰਦ ਹੋ ਸਕਦੀ ਹੈ ਇਹਦੇ ਨਾਲ, ਜੇ ਨਾ ਸਾਂਭੇ ਗਾਹਾਂ ਪਾਣੀ। ਪਾਣੀ ਇਹਦੇ ਵਿੱਚ ਘੱਟੋ ਘੱਟ ਅੱਧਾ ਪੌਣਾ ਫੁੱਟ ਰੋਜ਼ ਵੱਧਦਾ ਖੈੜ ਦਾ ਸੀਵਰੇਜ ਦਾ। ਹਾਂਜੀ ਹਾਂ, ਪ੍ਰਸ਼ਾਸਨ ਦਾ ਤਾਂ ਬੰਦਾ ਹੀ ਇੱਥੇ ਕੋਈ ਨਹੀਂ ਦੇਖਦਾ ਸੜਕ ਜਿਹੜਾ ਆਇਓ ਨਹੀਂ ਜੀ ਕੱਲ੍ਹ ਦੇ। ਪ੍ਰਸ਼ਾਸਨ ਕਿਆ ਕਰੂਗਾ ਜਾਂ ਸਰਕਾਰ ਆ ਰਹੀ ਹੈ, ਉਹਨਾਂ ਨੇ ਆਪ ਤੋੜਿਆ, ਆਲੇ ਗੇੜਾ ਮਾਰ ਗਏ, ਪੁਲਿਸ ਵੀ ਆ ਲਈ, ਹੋਰ ਮਹਿਕਮੇ ਵੀ ਵਾਲੇ ਆ ਗਏ ਦੇਖ ਗਏ। ਹੁਣ ਇਹ ਤਾਂ ਦੇਖਦੇ ਵੀ ਕਦ ਕਿਆ ਕਰੂੰਗੇ ਕਿਆ ਨਹੀਂ ਕਰੂੰਗੇ। ਲਿਆ ਤਾਂ ਉਹਨਾਂ ਨੇ, ਲੇਕਿਨ ਸਵਾਰਨ ਦਾ ਕੰਮ ਵੀ ਤਾਂ ਉਹਨਾਂ ਦਾ ਹੀ। ਹਾਂਜੀ ਸਵਾਰਨ ਦਾ ਵੀ ਉਹਦਾ ਹੀ ਕੰਮ ਮੱਝ ਪੜਿਆ ਅਖਬਾਰ। ਉਹ ਜਿਹੜਾ ਪਹਿਲਾਂ ਐਕਸੀਡੈਂਟ ਦਾ ਉਹ ਕਹਿੰਦਾ ਵੀ ਮੈਂ ਉੱਪਰ ਦੇ ਮਨਜ਼ੂਰੀ ਲੈ ਕੇ ਪੈਪ ਲੱਭੇ ਜਾਂ ਪਹਿਲਾਂ ਲੱਭੇ ਜੀ ਉਹਨੇ, ਉਹ ਸਕੀਮ ਤਾਂ ਪਹਿਲਾਂ ਦਿੱਤੀ ਇਹਨਾਂ ਦੀ ਵੀ ਇਹ ਸਾਲ ਖੰਡ ਪਾਣੀ ਨਹਿਰ 'ਚ ਗੇਰੂੰਗੇ। ਫਿਰ ਕਦੋਂ ਆਏ, ਕਦੋਂ ਸੀਗੇ ਤੋੜ? ਸੁਬਹਾ 7 ਵਜੇ ਆ ਗਏ ਜੀ, ਪ੍ਰਸ਼ਾਸਨ ਆ ਗਿਆ, ਪੁਲਿਸ ਆ ਗਈ ਸਾਰੀ। ਇਹਨਾਂ ਨੇ ਮਲਕ ਬੰਦਾ ਅੱਡਾ ਰੋਕ ਲਿਆ, ਸੋਤਲ ਦਾ ਅੱਡਾ ਰੋਕ ਲਿਆ, ਕਿਸੇ ਨੂੰ ਗਰਾਊਂਡ ਦੇ ਨੂੰ ਬੱਚੇ ਨੂੰ ਨਹੀਂ ਆਉਣ ਦਿਆ, ਡੰਡੇ ਸੋਟੇ ਲਈ ਖੜੇ ਦੇ ਪੁਲਿਸ, ਸਾਰੇ ਹਥਿਆਰ ਲੈ ਕੇ ਆਏ ਵੇ, ਪਾਣੀ ਵਾਲੀਆਂ ਗੱਡੀਆਂ ਆਈਆਂ ਵੀ ਦੀਆਂ, ਹੋਰ ਵੀ ਸਭ ਕੁਛ ਲੈ ਕੇ ਆਏ ਵੇ ਤੇ, ਇਹ ਜਿਹਨਾਂ ਨੇ ਰੋਕਿਆ ਪਾਣੀ ਇਹ ਉਸ ਬਾਅਦ ਤੋੜ ਕੇ ਤੇ ਉਹ ਚਲੇ, ਤੋੜ ਕੇ ਫਿਰ ਇਹ ਜੀ ਆਪਣਾ ਪਾਣੀ ਛੱਡ ਕੇ ਤੋੜਤਾ, ਫਿਰ ਪਾਣੀ ਨਾਪ ਦਿਆ ਆਪਣੀ ਜਾਨ ਮਾਤਾ, ਉਹ ਚਲਾ ਗਏ ਪਾਣੀ। ਇਹ 2 ਘੰਟੇ ਮੈਂ ਪਾਣੀ ਤੋੜਤੇ ਆ, ਚਲਾ ਕੇ ਜਿਹੜੂ ਆਪ ਜ਼ਰੂਰ ਗਏ ਉਹ ਪਾਣੀ ਬਹੁਤ ਜ਼ਿਆਦਾ ਤਾਂ ਪਾਣੀ ਦੀ ਧੱਕ ਨਾਲ ਤੋੜਤੇ ਆ, ਇਹਦੇ ਨਾਲ ਸਾਰਾ ਆਵਾਜਾਈ ਬੰਦ ਹੋ ਗਈ। ਨਿਆਣੇ ਸਕੂਲ ਦੇ ਬਹੁਤ ਹੈਰਾਨ ਹੋ ਰਹੇ, ਮੁਲਾਜ਼ਮਤ ਹੈਰਾਨ ਹੋ ਰਹੇ, ਔਰ ਅਸੀਂ ਰਾਤ ਨੂੰ 7-7 ਸਾਡੇ ਪਿੰਡ ਦੇ ਲੋਕ ਨਿਆਣੇ ਰਾਤ ਨੂੰ 9 ਵਜੇ ਤੱਕ ਲੋਕਾਂ ਨੂੰ ਆਵਾਜਾਈ ਦੱਸਦੇ। ਅਸੀਂ ਸਵੇਰੇ ਇਹਦੇ 150 ਗੱਡੀ ਦਾ ਅਸੀਂ ਲਿਖਾਤੀ ਆਲੇ ਦੁਆਲੇ ਨੂੰ ਵੀ ਤੁਸੀਂ ਕਿੱਧਰ ਨੂੰ ਜਾਂਦੇ ਹੈਰਾਨ ਹੋ, ਕੋਈ ਲਾਂਡਾ ਰੋਡ ਨੂੰ ਜਾ ਰਿਹਾ, ਕੋਈ ਕਿੱਧਰ ਨੂੰ ਜਾ ਰਿਹਾ, ਰਾਵਾ ਰੋਡ ਨੂੰ ਵੀ ਭੱਜ ਭੇਜ, ਨਿਆਮੀਆਂ ਨੂੰ ਵੀ ਭੇਜ ਰਹੇ ਹੈ ਵੀ ਉਹ ਫਿਰ ਚੁੰਨੀ ਵਾਲੇ ਰੋਡ ਪਰ ਜਾ ਰਿਹਾ, ਕੋਈ ਕਿਤੇ ਜਾ ਰਿਹਾ, ਕੋਈ ਕਿਤੇ ਜਾ ਰਿਹਾ। ਅਸੀਂ ਵੀ ਉੱਧਰੋਂ ਆਏ ਹਾਂ, ਲਾਂਡਰ ਰੋਡ ਤੋਂ ਤਾਂ ਕਰੀਬ 12-15 ਕਿਲੋਮੀਟਰ ਹੀ ਪੈ ਜਾਂਦਾ ਪਿੰਡ ਸਾਹਿਬ। ਫਿਰ ਇੱਧਰ ਨੂੰ ਇਹ ਰੋਡ ਨੂੰ ਭੇਜਦੇ ਹਾਂ ਜੀ, ਲਾਂਡਰਾ ਰੋਡ ਜਿਹੜਾ ਇਹਨੂੰ ਜਾਂਦਾ ਫਤਿਹ ਸਰਹੰਦ ਨੂੰ, ਉਹ ਰੋਡ ਨੂੰ ਭੇਜੇ, ਕੋਈ ਜਾ ਰਿਹਾ, ਕੋਈ ਵਿਚਾਰਾ ਕਿੱਧਰ ਜਾ ਰਿਹਾ, ਬਹੁਤ ਹੈਰਾਨ ਹੁੰਦੇ ਹਾਂ ਜੀ। ਤਾਂ ਲੋਕ ਬਹੁਤ ਪਰੇਸ਼ਾਨ ਹੋਏ ਨੇ। ਮੈਂ ਇੱਕ ਵਾਰ ਫਿਰ ਤੋਂ ਤਸਵੀਰਾਂ ਦਿਖਾ ਦਿੰਦਾ ਕਿ ਕਿਸ ਤਰੀਕੇ ਦੀਆਂ ਤਸਵੀਰਾਂ ਸੈਦਪੁਰ ਪਿੰਡ ਦੇ ਵਿੱਚ ਬਣੀਆਂ ਹੋਈਆਂ। ਸਾਹਮਣੇ ਤੁਸੀਂ ਦੇਖ ਰਹੇ ਹੋ ਇਹ ਪਾਣੀ, ਜੋ ਜਿਸ ਤਰੀਕੇ ਨਾਲ ਪਿੰਡ ਵਾਸੀਆਂ ਨੇ ਦੱਸਿਆ ਕਿ ਇਹ ਸਾਰਾ ਪਾਣੀ ਗੰਦੇ ਨਾਲੇ ਦਾ ਪਾਣੀ ਹੈ ਜੋ ਕਿ SYL ਨਹਿਰ ਦੇ ਵਿੱਚ ਛੱਡਿਆ ਗਿਆ, ਕਿਉਂਕਿ ਇਸ ਪਾਣੀ ਦੀ ਮਾਤਰਾ ਜਿਹੜੀ ਬਹੁਤ ਜ਼ਿਆਦਾ ਵੱਧ ਗਈ ਸੀ ਅਤੇ ਪ੍ਰਸ਼ਾਸਨ ਨੂੰ ਇਸ ਪਾਣੀ ਨੂੰ ਸੰਭਾਲਣਾ ਔਖਾ ਹੋ ਗਿਆ ਸੀ। ਤਾਂ ਪ੍ਰਸ਼ਾਸਨ ਦਾ ਆਖਿਰਕਾਰ ਡਿਸੀਜ਼ਨ ਇਹ ਹੋਇਆ ਕਿ SYL ਦੇ ਵਿੱਚ ਇਹ ਪਾਣੀ ਛੱਡ ਦਿੱਤਾ ਜਾਵੇ। ਅਤੇ ਇਹ ਪਾਣੀ ਜਦੋਂ ਛੱਡਿਆ ਗਿਆ ਤਾਂ ਪਾਈਪਾਂ ਵਿੱਚ ਦੀ ਪਾਣੀ ਨੇ ਜਾਣਾ ਸੀ, ਲੇਕਿਨ ਪਾਣੀ ਦਾ ਫਲੋ ਇੰਨਾ ਜ਼ਿਆਦਾ ਹੋ ਗਿਆ ਕਿ ਪਾਈਪਾਂ ਅਤੇ ਸੜਕ ਦੋਨੇ ਤੋੜ ਕੇ ਪਾਣੀ SYL ਨਹਿਰ ਦੇ ਵਿੱਚ ਵਗ ਗਿਆ। ਅਤੇ ਇਹਦੇ ਨਾਲ ਜਿਹੜੀ ਸੜਕ ਹੈ ਇਹ ਟੋਟਲੀ ਬੰਦ ਹੋ ਗਈ। ਕਰੀਬ 40-50 ਪਿੰਡ ਇਹਦੇ ਨਾਲ ਪ੍ਰਭਾਵਿਤ ਹੋ ਰਹੇ ਨੇ। ਤਾਂ ਤੁਸੀਂ ਤਸਵੀਰਾਂ ਦੇਖ ਰਹੇ ਹੋ ਅਤੇ ਸਿੱਧੇ ਤੌਰ 'ਤੇ ਪਿੰਡ ਵਾਸੀਆਂ ਦਾ ਇਹ ਕਹਿਣਾ ਕਿ ਪ੍ਰਸ਼ਾਸਨ ਦੀ ਇੱਕ ਬਹੁਤ ਵੱਡੀ ਨਲਾਇਕੀ ਹੈ, ਪ੍ਰਸ਼ਾਸਨ ਦੀ ਇੱਕ ਬਹੁਤ ਵੱਡੀ ਗਲਤੀ ਹੈ ਕਿ ਗਲਤ ਤਰੀਕੇ ਨਾਲ ਉਹਨਾਂ ਨੇ ਐਸਟੀਮੇਟ ਨਹੀਂ ਲਗਾਇਆ ਕਿ ਪਾਈਪਾਂ ਵਿੱਚ ਦੀ ਇੰਨਾ ਪਾਣੀ ਲੰਘ ਵੀ ਸਕਦਾ ਜਾਂ ਨਹੀਂ ਲੰਘ ਸਕਦਾ। ਅਤੇ ਪਾਈਪਾਂ ਖੋਲ੍ਹ ਦਿੱਤੀਆਂ ਗਈਆਂ ਜਿਹਦੇ ਨਾਲ ਪਾਣੀ ਦੇ ਬਹਾਵ ਨਾਲ ਪੂਰੀ ਸੜਕ ਹੀ ਟੁੱਟ ਗਈ ਅਤੇ ਵੱਡਾ ਪਹਾੜ ਸੜਕ ਦੇ ਵਿੱਚ ਪੈ ਗਿਆ। ਕੈਮਰਾਮੈਨ ਉਮਾ ਯਾਦਵ ਦੇ ਨਾਲ ਰਵਿੰਦਰ ਸਿੰਘ, ਦੈਨਿਕ ਸਵੇਰਾ TV, ਸੈਦਪੁਰ ਬੱਸੀ ਪਠਾਣਾ। ਕੈਨੇਡਾ ਦਾ ਸਟੱਡੀ ਵੀਜ਼ਾ ਸਿਰਫ 5 ਲੱਖ ਰੁਪਏ ਦੇ ਵਿੱਚ, 5 ਲੱਖ ਰੁਪਏ ਦੇਣਾ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣਾ, ਜਿਹਦੇ ਵਿੱਚ ਤੁਹਾਡੀ 1 ਸਾਲ ਦੀ ਕਾਲਜ ਦੀ ਫੀਸ ਇੰਕਲੂਡ ਹੈ। ਤੁਸੀਂ ਬਰੈਂਪਟਨ ਜਾਣਾ ਚਾਹੁੰਦੇ ਹੋ, ਸਰੀ ਜਾਣਾ ਚਾਹੁੰਦੇ ਹੋ, ਸਿਰਫ 5 ਲੱਖ ਰੁਪਏ 'ਚ ਜਾਓਗੇ, ਇਹ ਵੀ ਪੈਸੇ ਤੁਸੀਂ ਵੀਜ਼ਾ ਲੱਗਣ ਤੋਂ ਬਾਅਦ ਦੇਣੇ। ਮੀਆਂ ਰਫੀਕ ਮੁਹੰਮਦ, ਫ੍ਰੀ ਸੇਵਾ ਫ੍ਰੀ ਸਮਾਧਾਨ। 51 ਮਿੰਟਾਂ ਵਿੱਚ ਘਰ ਬੈਠੇ ਹੁਣ ਤੱਕ ਹੇਠ ਲਿਖੇ ਰਿਕਾਰਡ ਕੇਸ ਹਲ। ਵਸ਼ੀਕਰਨ, ਲਵ ਮੈਰਿਜ, PR, ਲੋਟਰੀ ਸੱਟਾ ਨੰਬਰ, ਸੰਤਾਨਹੀਨਤਾ ਦੇ ਧੋਖਾ ਖਾਏ ਭੈਣ ਭਰਾ ਲਈ ਫ੍ਰੀ ਸੇਵਾ, ਸਿੱਧੀਆਂ ਅਤੇ 4 ਇਲਮਾਂ ਦੇ ਬੇਤਾਜ ਬਾਦਸ਼ਾਹ। ਤਕਦੀਰ ਕਦੋਂ ਬਦਲੇਗੀ, ਸੱਚਾ ਪਿਆਰ ਮਿਲੇਗਾ ਜਾਂ ਨਹੀਂ, ਲੋਟਰੀ ਨੰਬਰ ਪਾਓ। ਜੇਕਰ ਤੁਹਾਡਾ ਅਜੇ ਤੱਕ ਕੰਮ ਨਹੀਂ ਹੋਇਆ ਤਾਂ ਇੱਧਰ ਉੱਧਰ ਨਾ ਭਟਕੋ, ਸਾਨੂੰ ਫੋਨ ਕਰੋ। ਮੀਆਂ ਰਫੀਕ ਮੁਹੰਮਦ।